जो इंटरनेशनल स्टेडियम है शमश आउट हो गया। वेरी गुड सिक्स। नहीं छक्का, नहीं छक्का, नहीं का नहीं है छक्का। नहीं ਇਹਨਾਂ ਪਾਦੇ ਇਹਨਾਂ ਮੇਰੀ ਤੇਰੀ ਵਾਰੀ ਆਈ ਤੇ ਚਲੋ ਠੀਕ ਹੈ ਤੁਹਾਨੂੰ ਫੱਕੂ ਬਾਹਰ ਕੋਈ ਨਹੀਂ ਪਤਾ ਆਪੋ ਸਿਆ ਕੋ ਅੰਗਲ ਦਿੱਤੀ ਖਾ ਕੇ ਘਰ ਬੜੇ ਪਾੜਦੇ ਨੇ ਤੇ ਵੀਡੀਓ ਬਣਾਉਂਦੇ ਨੇ 6 ਵਜੇ ਇਹਨੂੰ ਨਹੀਂ ਬਚਾ ਨਹੀਂ ਚੱਕਾ ਚਾਰ ਕਰ ਓਏ ਇਹਨੂੰ ਬਣਾ ਦੇ 6 ਓ ਤੂੰ ਬੜਾ ਕਹਿਣ ਪੂਜਾ ਕੇ ਪਛਾਣ ਕਹਿਣਾ ਨਾ वीडियो आपने सही बनानी है। ਵਰਤ ਰਹਿਮਾਨ ਭਾਈ ਦੇ ਨਾਲ ਚੈਲੰਜ ਹੋਇਆ ਜਿਵੇਂ ਤੋ ਕਿ ਤੁਸੀਂ ਦੇਖਿਆ ਉਹਦੇ ਚ ਰਹਿਮਾਨ ਭਾਈ ਨੇ ਮੈਨੂੰ ਇੱਕ ਛੱਕਾ ਮਾਰਿਆ ਤੇ ਇੱਕ ਮੈਂ ਰਹਿਮਾਨ ਭਾਈ ਨੂੰ ਮਾਰਿਆ ਛੱਕਾ ਪੁੱਛ ਲਓ ਭਾਈ ਨੂੰ ਇੱਕ ਬਾਲ ਤੇ ਕਿੰਨਾ ਨੇ ਮਾਰਿਆ ਤੇ ਇੱਕ ਬਾਲ ਤੇ ਮੈਂ ਮਾਰਿਆ ਲੈਵਲ ਆ ਹੁਣ ਇਨਸ਼ਾਅੱਲਾ ਅਗਲੀ ਵਾਰੀ ਦੇਖਾਂਗੇ ਕਿ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਕਿ ਇਹਨੇ ਚੈਲੰਜ ਕੀਤਾ ਸੀ ਮੈਨੂੰ ਸਿੰਗਲ ਵਿਕਟ ਦਾ ਮੈਚ ਚੈਲੰਜ ਦਾ ਕਬੂਲ ਚੈਲੰਜ ਮੈਂ ਨਹੀਂ ਕੀਤਾ ਸੀ ਚੈਲੰਜ ਨੇ ਆਪ ਕੀਤਾ ਸੀ ਰੁਕ ਕੇ ਉੱਥੇ ਨੇ ਕੀਤਾ ਚੈਲੰਜ ਮੈਂ ਕੀਤਾ ਤੇ ਉਹ ਅਸੀਂ ਪੂਰਾ ਕੀਤਾ ਬਰਾਬਰ ਕੀਤਾ ਵਾ ਠੀਕ ਹੈ ਜੀ ਤੇ ਹੁਣ ਇਨਸ਼ਾਅੱਲਾ ਜਦੋਂ ਅਸੀਂ ਕਿਤੇ ਨੈਕਸਟ ਵਲੌਗ ਤੇ ਜਾਵਾਂਗੇ ਉੱਥੇ ਦੇਖਾਂਗੇ ਉੱਥੇ ਸਾਨੂੰ ਅਗਰ ਕੋਈ ਇਸ ਤਰ੍ਹਾਂ ਦਾ ਕੋਈ ਮਾਹੌਲ ਮਿਲਿਆ ਸੀ ਉੱਥੇ ਇਹ ਓਵਰ ਓਵਰ ਲਾਣਾ ਹੁਣ ਮੈਂ ਤੁਹਾਡੇ ਨਾਲ ਓਵਰ ਓਵਰ ਲਾਣਾ ਮੈਂ ਤੁਹਾਨੂੰ ਓਵਰ ਓਵਰ ਲਾ ਰਾਂਗੇ ਲੇਕਿਨ ਠੀਕ ਹੈ ਜੀ ਓਵਰ ਓਵਰ ਔਰ ਕੁਛ ਹੈ ਪੀਜ਼ਾ ਲੱਗੇਗਾ ਉਹਦੇ ਤੇ ਪੀਜ਼ਾ ਲੈ ਲਾਂਗੇ ਠੀਕ ਹੈ ਜੀ ਵਿਊਅਰ ਉਮੀਦ ਆ ਤੁਸੀਂ ਵੀਡੀਓ ਨੂੰ ਲਾਈਕ ਕੀਤਾ ਹੋਏਗਾ ਸਬਸਕ੍ਰਾਈਬ ਕਰ ਦਿਓ ਹੁਣ ਚੈਨਲ ਨੂੰ ਕਹਿ ਦਿਓ ਵਿਊਅਰਸ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੈਸੇ ਮੇਰੀ ਬੈਟਿੰਗ ਦੇ ਬਾਰੇ ਥੋੜਾ ਕੀ ਖਿਆਲ ਹੈ ਮੈਂ ਕੌਮੀ ਟੀਮ ਜਾ ਸਕਦਾ ਕਿ ਨਹੀਂ ਜਾ ਸਕਦਾ ਨਹੀਂ ਇਹਨੂੰ ਐਨਕ ਦਾ ਮਸਲਾ ਵਾ ਐਨਕ ਤਾਂ ਮੈਨੂੰ ਵੀ ਲੱਗੀ ਪਰ ਇਹਦੀ ਜ਼ਿਆਦਾ ਐਨਕ ਦਾ ਕੋਈ ਮਸਲਾ ਨਹੀਂ ਹੈ ਤੇ ਮੈਂ ਵੈਸੇ ਲਾਈ ਹੋਈ ਹੈ ਇਹਦੀ ਕੋਈ ਪ੍ਰੋਬਲਮ ਨਹੀਂ ਹੈ ਕਿ ਲੋੜਾ ਦੀ ਬਿਲਕੁਲ ਉਮੀਦ ਕਰਦਾ ਮੈਂ ਤੁਹਾਨੂੰ ਵੀਡੀਓ ਬਹੁਤ ਅੱਛੀ ਲੱਗੀ ਹੋਏਗੀ अच्छी लगी होगी रहमान भाई वीडियो व्यूअर्स ਨੂੰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਨਾਲ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਆ ਕਰੋ ਸ਼ੁਕਰੀਆ।